हाँ जी सत श्री अकाल, की हाल चाल ने। अज असी पहुंचे आ जी राम लुधियाना दे विच, जिहड़ा कि रामलीला मैदान के सामने ये शॉप आ जी। ठीक है जी, ये शॉप का नाम करतार चंद आ जी। ठीक है जी, तो अज असी देखते हैं कि इन्ह के प्राइस के डिफरेंस आ होर दुकाना के नालों। ठीक है, सो जिहड़े इत्थे दे ओनर आ उन्हां नाल गल्लबात करते हैं। ठीक है, आ जाओ जी। सो पहला थानू जी क्वालिटी दिखा दें, पतंग कि किन्ने तरह के आ जी। सो इधर आ देखो जी, मांझा भी पिया इन्हों को, इधर इन्हों के साइड के जी तुकलां ने, आ सारे हो गए जी डेढ़ तावा के छज हो गए, आ सारे सारे डेढ़ तावा के छज ही आ जी। आ भी मेरे लगता डेढ़ तावा के छज ही हो गए। तो एक आ इन्हों को जी काइट, सारे गोल्डन शेप वाले ही आ जी। साइड से आ इन्ना को कि डिजाइन है, आ सारे पतंग ही बड़े। लो जी भाजी दस्यो की प्राइस है जी इन्हां सारिआं दा जी। लो जी ये सब तो छोटी पतंग है। ठीक है जी, ये 95 रुपए की 100 है जी। ठीक है, ये स्टार्टिंग हुंदी है जी। हां जी स्टार्टिंग 95 रुपए। ठीक है, 95 रुपए दे 100 जी, 100 पतंग। ठीक है, सिर्फ 95 पैसे तक पतंग है। ओके, इस तो वड्डा आ जांदा फिर, इस तो वड्डी भरी आ जांदी है इस साइड दे विच 120 रुपए 100। ठीक है, 120 रुपए दी 100, 120 रुपए दी 100 वाली है। ठीक है, इसके बाद हां ਤੇ ਬਾਅਦ ਇਹ ਵੱਡਾ ਪਤੰਗ ਆ ਜਾਂਦਾ, ਉਸ ਤੋਂ ਥੋੜਾ ਜਿਹਾ ਹੋਰ ਕਾਗਜ਼ ਦੇ ਵਿੱਚ ਵਧੀਆ। ਠੀਕ ਹੈ, ਜੇ ਇੱਚ ਦਾ ਮਾਲ ਹੈ ਇਹ ਮਿਲੇਗਾ ਆਪਾਂ ਨੂੰ 260 ਰੁਪਏ 100। 260 ਦਾ 100? ਹਾਂਜੀ 260 ਰੁਪਏ, ਸਿਰਫ 260 ਰੁਪਏ 100। ਵਧੀਆ ਮਾਲ ਇਹਦੇ ਵਿੱਚ ਗੋਲਡਨ ਚਿਪ ਮਿਲ ਜੂਗੀ? ਨਹੀਂ ਗੋਲਡਨ ਚਿਪ ਹੀ ਨਹੀਂ ਹੈ, ਗੋਲਡਨ ਚਿਪ ਇਸ ਤੋਂ ਉੱਪਰ ਵਾਲਾ ਪਤੰਗ ਆਂਦਾ, ਉਹ ਵਿੱਚ ਉਹਦੇ ਚ ਆ ਜਾਂਦਾ ਵਾ। ਠੀਕ ਹੈ, ਉਹਦਾ ਸਾਈਜ਼ ਥੋੜਾ ਵੱਡਾ ਹੋਵੇ। ਹਾਂ, ਉਸ ਦਾ ਸਾਈਜ਼ ਥੋੜਾ ਵੱਡਾ ਹੋਏਗਾ ਜੀ। ਇਹ ਕਾ ਲਓ ਜੀ, ਆ ਪਰੀ ਮਿਲ ਜਾਏਗੀ ਤੁਹਾਨੂੰ। ਠੀਕ ਹੈ ਜੀ, ਪਰੀ ਮਿਲ ਜਾਏਗੀ ਤੁਹਾਨੂੰ ਇਹ 350 ਰੁਪਏ 100। 350 ਰੁਪਏ ਦੇ 100 100 ਪੀਸ, ਹਾਂ 350 ਰੁਪਏ ਦਾ ਪਤੰਗ, ਗੋਲਡਨ ਟੇਪ ਹੀ ਲੱਗਿਆ ਹੋਇਆ, ਧਾਗਾ ਲੱਗਿਆ ਹੋਇਆ। ਠੀਕ ਹੈ, ਇਸ ਤੇ ਬਾਅਦ ਆ ਜਾਓ, ਆ ਪਤੰਗ ਮਿਲ ਜਾਏਗਾ ਆਪਾਂ ਨੂੰ ਮਝੋਲਾ ਸਾਈਜ਼। ਮਝੋਲਾ ਸਾਈਜ਼, ਹਾਂਜੀ ਇਹ ਮਿਲ ਜਾਏਗਾ ਆਪਾਂ ਨੂੰ 360 ਰੁਪਏ 100। ਠੀਕ ਹੈ, ਸੇਮ ਹੀ ਹੈ, ਮਤਲਬ ਇਹ ਤੁਹਾਡੇ ਪੇਪਰ ਦਾ ਸੇਮ ਹੋਊਗਾ? ਨਹੀਂ ਇਹ ਪਤੰਗ ਹੈ। ਨਹੀਂ ਪੇਪਰ ਸੇਮ ਹੋਊਗਾ ਜੀ ਇਹਨਾਂ ਦਾ? ਹਾਂ ਪੇਪਰ ਥੋੜਾ ਬਹੁਤਾ ਫਰਕ ਹੁੰਦਾ। ਠੀਕ ਹੈ, ਠੀਕ ਹੈ ਜੀ, ਮਤਲਬ ਇੱਕ ਬਟਰ ਪੇਪਰ ਵੀ ਆਉਂਦਾ ਹੁੰਦਾ ਹੈ? ਹਾਂਜੀ ਹਾਂਜੀ, ਬਟਰ ਪੇਪਰ ਵਾਲੇ। ਇਸ ਤੋਂ ਬਾਅਦ ਇਸ ਤੋਂ ਹੋਰ ਵਧੀਆ ਕਾਗਜ਼ ਆ ਜਾਊਗਾ ਤੁਹਾਡਾ ਪਤੰਗ ਆਪਣੇ ਕੋਲ, ਮਝੋਲਾ ਹੋਰ। ਠੀਕ ਹੈ ਜੀ, ਆਹ ਲੈ ਲਓ ਮਝੋਲਾ ਹੋਰ 370 ਰੁਪਏ। ਠੀਕ ਹੈ ਜੀ, ਇਹਦੇ ਵਿੱਚ ਮਤਲਬ ਕੀ ਡਿਫਰੈਂਸ ਕੀ ਹੈ ਜੀ? ਕਾਗਜ਼ ਥੋੜਾ ਹੋਰ ਵਧੀਆ ਲੱਗਿਆ ਹੁੰਦਾ ਇਹਨੂੰ। ਓਕੇ, ਕਾਗਜ਼ ਕਮਾਨ ਠੱਡਾ ਜਿਹੜਾ ਥੋੜਾ ਵਧੀਆ ਡਿਜ਼ਾਈਨ ਵਿੱਚ ਬਹੁਤ ਮਿਲ ਜਾਣਗੇ ਤੁਹਾਨੂੰ। ਠੀਕ ਹੈ, ਡਿਜ਼ਾਈਨ ਇਹਨਾਂ ਕੋਲ ਜੀ ਬਹੁਤ ਆ। ਹਾਂਜੀ ਡਿਜ਼ਾਈਨ ਇਹਨਾਂ ਕੋਲ ਜਿੰਨੇ ਮਰਜ਼ੀ ਦੇਖ ਲਓ ਜੀ। ਆਹ ਦੇਖੋ ਜੀ ਇੱਕ ਡਿਜ਼ਾਈਨ ਆ ਹੋ ਗਿਆ। ਓਕੇ, ਠੀਕ ਹੈ ਜੀ, ਆ ਲਓ ਜੀ ਇੱਕ ਡਿਜ਼ਾਈਨ ਆ ਹੋ ਗਿਆ। ਆਹ ਡਿਜ਼ਾਈਨ ਦੇਖੋ ਜੀ ਕਿੰਨੇ ਵਧੀਆ ਨਾ ਹੋਏ। ਇੱਕ ਹੋਰ ਦਿਖਾਣਾ ਤੁਹਾਨੂੰ ਡਿਜ਼ਾਈਨ, सारे अलग अलग तरह डिजाइन होंगे। ठीक है, ठीक है जी। इस ते बाद आ जाता वाइट पतंग, बिल्कुल वाइट। हाँ ये बटर पेपर होंगे लगे जी, ये अपन पेगा 400 रुपए सैकड़ा। 400 रुपए सैकड़ा। ते दुकान ते रिटेलर जी कितने का बेचदा होगी? जी दुकान ते लेन जाओ तो 20 दे 3 बिकदे ने जी। 20 दे 3? 20 दे 3, हाँ जी। ठीक है जी, इस ते बाद आ जाऊगा सिद्धू मूसे वाला भाजी। सिद्धू मूसे वाला जी, हाँ जी हाँ जी, ये मिल जाएगा अपन 400 रुपए सैकड़ा। ठीक है, 400 रुपए सैकड़ा। हाँ जी, इसके बाद फिर अपने को पतंग आ जाता, एक और परी आ जाती है, गोल्डन टेप ही लगी, रामपुर का पतंग है। ये रामपुर का पतंग है? हाँ जी, ये सिद्धू मूसे वाला कहड़ा सी? ये भी रामपुर का पतंग है। रामपुर का पतंग, हाँ जी हाँ जी, रामपुर बंदा पतंग। ठीक है, इसके बाद आ जाए पतंग अपने को, अद्धा वड्डा अद्धा आ जाएगा परी ਦੇ ਵਿੱਚ। ਇਹ ਸਾਰੇ ਪੂੰਛੇ ਆਉਣਗੇ? ਹਾਂ ਇਹ ਪੂੰਛੇ ਦੇ ਵਿੱਚ ਤੁਹਾਨੂੰ 450 ਰੁਪਏ 100 ਮਿਲੇਗਾ। ਤੇ ਇਹਦੇ ਵਿੱਚ ਡਿਜ਼ਾਈਨ ਕਿੰਨੇ ਤਰ੍ਹਾਂ ਦੇ ਮਿਲ ਜਾਣਗੇ? ਡਿਜ਼ਾਈਨ 4-5 ਤਰ੍ਹਾਂ ਦੇ ਹੁੰਦੇ ਆ ਜੀ। ਓਕੇ, ਡਿਜ਼ਾਈਨ 4-5 ਤਰ੍ਹਾਂ ਦੇ ਹੋਰ ਮਿਲ ਜਾਣਗੇ। ਇਸ ਤੋਂ ਬਾਅਦ ਫਿਰ ਵੱਡਾ ਅੱਧਾ ਇੱਕ ਹੋਰ ਆ ਗਿਆ ਪਤੰਗ ਦੇ ਵਿੱਚ, ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਵਾ। ਠੀਕ ਹੈ ਜੀ, ਹਾਂਜੀ, ਇਹ ਚ ਕਲਰ ਕਾਫੀ ਨੇ, ਡਿਜ਼ਾਈਨ ਕਾਫੀ ਨੇ, ਇਹ ਚ ਡਿਜ਼ਾਈਨ ਮੈਨੂੰ ਤਾਂ 20 ਤਰ੍ਹਾਂ ਦੇ ਡਿਜ਼ਾਈਨ ਤਾਂ ਹੋਣਗੇ ਨਾ? ਹਾਂਜੀ 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 ਹਾਂਜੀ, ਠੀਕ ਹੈ। ਆ ਦੇਖ ਆ ਡਿਜ਼ਾਈਨ ਹੈਗਾ ਇਹਦੇ ਚ, ਰੈਡ ਵਾਲਾ ਦਿਖਾਣਾ ਜੀ ਆ ਵਾਲਾ। ਲਓ ਜੀ ਲਓ, ਆਹ ਦੇਖੋ ਜੀ ਕਿੰਨਾ ਵਧੀਆ ਡਿਜ਼ਾਈਨ ਹੈ। ਇਹ ਮਤਲਬ ਵੱਡੇ ਪਤੰਗਾਂ ਦੇ ਵਿੱਚ ਇਦਾਂ ਹੀ ਡਿਜ਼ਾਈਨ ਦੇਖਣ ਨੂੰ ਮਿਲਦੇ ਆ, ਛੋਟੇ ਪਤੰਗਾਂ 'ਚ ਘੱਟ ਹੀ ਮਿਲਦੇ, ਪਰ ਭਾਜੀ ਕੋਲੇ ਵੀ ਅਵੇਲੇਬਲ ਹੈ ਜੀ। ਇੱਕ ਵਾਰੀ ਦੁਬਾਰਾ ਦੱਸਿਓ ਭਾਜੀ ਕੀ ਸੀਗਾ ਰੇਡੀ ਇਹਨਾਂ ਦਾ? ਇਹ ਮਿਲੂਗਾ ਆਪਾਂ ਨੂੰ ਭਾਜੀ 470 ਰੁਪਏ 100। 470 ਰੁਪਏ ਦਾ 100? ਹਾਂਜੀ ਹਾਂਜੀ, ਠੀਕ ਹੈ ਜੀ। ਗੋਲਡਨ ਸ਼ੇਪ ਵਾਲਾ ਰਾਮਪੁਰੀ ਹੈ ਜੀ? ਹਾਂਜੀ ਰਾਮਪੁਰ ਦਾ, ਇਹ ਵੀ ਰਾਮਪੁਰੀ ਦਾ। ਹਾਂਜੀ ਹਾਂਜੀ, ਠੀਕ ਹੈ ਜੀ।
ਇਸ ਚ ਡਿਜ਼ਾਈਨ ਤੁਹਾਨੂੰ ਹੋਰ ਬਹੁਤ ਅੱਛੇ ਅੱਛੇ ਮਿਲ ਜਾਣਗੇ ਠੀਕ ਹੈ ਡਿਜ਼ਾਈਨ ਇੱਥੇ ਵੀ ਬਹੁਤ ਸਾਰੇ ਆ ਜੀ ਆ ਦੇਖ ਸਕਦੇ ਹੋ ਤੁਸੀਂ ਕਲਰ ਬੜੇ ਪੀਸਫੁਲ ਨੇ ਠੀਕ ਹੈ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਫਲੋਰੋਸੈਂਟ ਕਲਰ ਮਿਲਣਗੇ ਤੁਹਾਨੂੰ ਇਹਦੇ ਚ ਓਕੇ ਮਤਲਬ ਫਰੈਸ਼ ਹੈ ਨਾ ਪੂਰਾ ਮਾਲ ਹਾਂਜੀ ਹਾਂਜੀ ਪੂਰਾ ਫਰੈਸ਼ ਇਸ ਤੋਂ ਬਾਅਦ ਲਓ ਜੀ ਇਸ ਤੋਂ ਆ ਜਾਏਗਾ ਵੱਡਾ ਪਤੰਗ ਇਸ ਤੋਂ ਹੋਰ ਆਲੋ ਇਹ ਮਤਲਬ ਇਹ ਵੀ ਰਾਮਪੁਰ ਦਾ ਹੀ ਹਾਂ ਇਹ ਵੀ ਰਾਮਪੁਰ ਇਹ ਥੋੜਾ ਬਟਰ ਪੇਪਰ ਦੇ ਵਿੱਚ ਲੱਗਦਾ ਬਟਰ ਪੇਪਰ ਚ ਆ ਜਾਏਗਾ ਜੀ ਹਾਂਜੀ ਹਾਂਜੀ ਇਹ ਥੋੜਾ ਬਟਰ ਪੇਪਰ ਦੇ ਵਿੱਚ ਹੈ ਜੀ ਹਾਂਜੀ ਹਾਂਜੀ ਤੇ ਕੀ ਪ੍ਰਾਈਸ ਕੀ ਹੈ ਜੀ ਇਹਨਾਂ ਦਾ ਇਹ ਮਿਲੇਗਾ ਆਪਾਂ ਨੂੰ 600 ਰੁਪਏ ਸੈਂਕੜਾ 600 ਦਾ ਸੈਂਕੜਾ ਹਾਂਜੀ ਓਕੇ ਤੇ ਰਿਟੇਲ ਦੇ ਵਿੱਚ ਕਿੰਨੇ ਦਾ ਵਿਕਦਾ ਰਿਟੇਲ ਦੇ ਵਿੱਚ 10 ਰੁਪਏ ਦਾ ਵਿਕਦਾ ਜੀ ਠੀਕ ਹੈ 10 ਰੁਪਏ ਦਾ ਪਤੰਗ ਜੀ 6 ਰੁਪਏ ਦਾ ਮਿਲਦਾ ਪਿਆ ਜੀ ਇਹ ਹਾਂਜੀ ਇਹ ਚ ਕਲਰ ਡਿਜ਼ਾਈਨ ਬਹੁਤ ਅੱਛੇ ਅੱਛੇ ਮਿਲ ਜਾਂਦੇ ਕਲਰ ਬਣੇ ਨੇ ਡਿਜ਼ਾਈਨ ਦੇ ਵਿੱਚ ਬਹੁਤ ਸਾਰੇ ਆ ਦੇਖੋ ਆ ਬਲੂ ਰੰਗ ਵੀ ਦੇਖੋ ਕਿੰਨਾ ਵਧੀਆ ਬਹੁਤ ਅੱਛੇ ਡਿਜ਼ਾਈਨ ਨੇ ਠੀਕ ਹੈ ਇਸ ਤੋਂ ਬਾਅਦ ਇਸ ਤੋਂ ਵੱਡਾ ਪਤੰਗ ਆ ਜਾਂਦਾ ਤਾਂ ਇਸ ਚ ਆਪਾਂ ਨੂੰ ਪਲੇਨ ਵੀ ਮਿਲ ਜਾਏਗਾ ਓਕੇ ਜੇ ਕੋਈ ਪਲੇਨ ਦਾ ਸ਼ੌਕੀਨ ਹੁੰਦਾ ਅੱਜ ਕੱਲ ਤੇ ਇਹਦੇ ਵਿੱਚ ਵੀ ਵਾਈਟ ਕਲਰ ਮਿਲ ਸਕਦਾ ਜੀ ਕਿਉਂਕਿ ਵਾਈਟ ਕਲਰ ਲੋਕ ਬਹੁਤ ਪਸੰਦ ਕਰਦੇ ਆ ਇਹਦੇ ਵਿੱਚ ਵੱਡੇ ਪਤੰਗ ਵਿੱਚ ਵਾਈਟ ਮਿਲ ਜਾਏਗਾ ਵਾਈਟ ਪਸਾਨ ਵਾਲਾ ਪਤੰਗ ਠੀਕ ਹੈ ਜੀ ਇੱਕ ਵੇ ਦਿਨ ਚ ਆ ਜਾਏਗਾ ਵਾਈਟ ਮਿਲ ਜਾਏਗਾ ਸੋ ਵਾਈਟ ਵੀ ਅਵੇਲੇਬਲ ਹੋ ਜਾਊਗਾ ਜੀ ਜੇ ਕਿਸੇ ਨੇ ਵੱਡਾ ਵੇ ਦੇ ਵਿੱਚ ਵਾਈਟ ਪਤੰਗ ਲੈਣੇ ਹੋਣ ਤਾਂ ਸਾਰੇ ਅੱਜ ਕੱਲ ਮੋਸਟਲੀ ਜ਼ਿਆਦਾ ਬੱਚੇ ਅੱਜ ਕੱਲ ਪਲੇਨ ਪਤੰਗ ਬਹੁਤ ਪਸੰਦ ਕਰ ਰਹੇ ਨੇ ਠੀਕ ਹੈ ਜੀ ਤੇ ਇਹਨਾਂ ਦਾ ਪ੍ਰਾਈਸ ਕੀ ਸੀ ਦੱਸੋ ਜੀ ਸੇਮ ਰੇਟ 600 ਸੇਮ ਰੇਟ ਹੀ ਹੈ ਸੇਮ ਰੇਟ ਹੀ ਹੈ ਇਹ ਦੇਖ ਲਓ ਇਸ ਤੋਂ ਬਾਅਦ ਸਾਰੇ ਆ ਜਾਏਗਾ ਫਰੈਸ਼ ਹੈ ਜੀ ਪੂਰਾ ਮਾਲ ਇਸ ਤੋਂ ਬਾਅਦ ਆਪਣੇ ਕੋ ਮੱਛੀ ਭਰੀ ਮਿਲ ਜਾਏਗੀ ਆ ਦੇਖੋ ਮੱਛੀ ਭਰੀ ਆ ਦੇਖੋ ਇਹਦੇ ਚ ਡਿਜ਼ਾਈਨ ਬੜੇ ਅੱਛੇ ਅੱਛੇ ਨੇ ਆ ਦੇ ਸਾਰੀ ਡਿਜ਼ਾਈਨਦਾਰ ਮੱਛੀ ਹੋਏਗੀ ਠੀਕ ਹੈ ਜੀ ਓਕੇ ਤੇ ਕੀ ਪ੍ਰਾਈਸ ਹੈ ਜੀ ਇਹਨਾਂ ਦਾ ਵੀ ਇਹ ਆਪਾਂ ਨੂੰ ਪਏਗੀ ਭਾਜੀ 800 ਰੁਪਏ ਸੈਂਕੜਾ 800 ਰੁਪਏ ਦਾ ਸੈਂਕੜਾ ਸਿਰਫ 15 ਰੁਪਏ ਦੀ ਇਹ ਰਿਟੇਲ ਚ ਵਿਕਦੀ ਹੈ ਜੀ ਠੀਕ ਹੈ ਜੀ ਇਹ 100 ਪੀਸ ਦਾ ਰੇਟ ਹੈ ਜੀ 800 ਰੁਪਏ ਠੀਕ ਹੈ ਤੇ ਇਹਦੇ ਵਿੱਚ ਜੇ ਅਸੀਂ ਦਰਜਨਾਂ ਦੇ ਹਿਸਾਬ ਨਾਲ ਕੋਈ ਲਈਏ ਪਤੰਗ ਤਾਂ ਸੇਮ ਰੇਟ ਪਾਊਗਾ ਕਿ ਨਹੀਂ ਫੇਰ ਰੇਟ ਵੱਧ ਜਾਏਗਾ ਜੀ ਫੇਰ ਰੇਟ ਫੇਰ ਹਾਂਜੀ ਹਾਂਜੀ ਫੇਰ ਦਰਜਨ ਦੇ ਹਿਸਾਬ ਨਾਲ ਦੇਈਦਾ ਜੀ ਠੀਕ ਹੈ ਜੀ ਮਤਲਬ ਸੈਂਕੜੇ ਦੇ ਹਿਸਾਬ ਨਾਲ ਖਰੀਦੋ ਤਾਂ ਇਹ ਰੇਟ ਪਾਊਗਾ ਹਾਂਜੀ ਹਾਂਜੀ ਠੀਕ ਹੈ ਹਾਂ ਜੇ ਸੈਂਕੜ ਪੀਸ ਦੇ ਹਿਸਾਬ ਨਾਲ ਲਓਗੇ ਫੇਰ 10 ਰੁਪਏ ਪੀਸ ਓਕੇ ਇਸ ਤੋਂ ਬਾਅਦ ਆਪਣੇ ਕੋਲ ਆ ਜਾਏਗਾ ਇੱਕ ਤਾਵਾ ਪਤੰਗ ਕੈਨੇਡਾ ਇੱਕ ਤਾਵਾ ਜੀ ਲਓ ਜੀ ਆ ਕੈਨੇਡਾ ਹੈ ਹਾਂ ਓਕੇ ਤੇ ਕੀ ਪ੍ਰਾਈਸ ਹੈ ਜੀ ਇਹਦਾ ਇਹ ਅਗਰ ਸਿੰਗਲ ਪੀਸ ਲਓਗੇ ਤਾਂ 20 ਰੁਪਏ ਦਾ ਓਕੇ ਜੀ ਤੇ ਸੈਂਕੜਾ ਲਓਗੇ 100 ਪੀਸ ਲਓਗੇ ਸਿਰਫ 1300 ਰੁਪਏ ਸਿਰਫ 1300 ਰੁਪਏ ਸਿਰਫ 1300 ਦਾ ਭਾਜੀ ਇਹ ਦਵਾਂਗੇ ਆਪਾਂ ਕੈਨੇਡਾ ਓਕੇ ਜੀ ਤੇ ਇਹ ਵੀ ਬਟਰ ਪੇਪਰ ਦੇ ਵਿੱਚ ਹੀ ਹੈ ਬਟਰ ਪੇਪਰ ਬਟਰ ਪੇਪਰ ਵਧੀਆ ਪੇਪਰ ਲੱਗਿਆ ਹੁੰਦਾ ਇਹ ਰਾਮਪੁਰ ਦਾ ਪਤੰਗ ਹੈ ਹਾਂਜੀ ਹਾਂਜੀ ਵਧੀਆ ਪੇਪਰ 1300 ਰੁਪਏ ਦਾ ਪਤੰਗ ਹੈ ਜੀ 100 ਪੀਸ ਰਿਟੇਲ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਤੁਹਾਨੂੰ ਇਹ 20-25 ਰੁਪਏ ਦਾ ਮਿਲਦਾ 20 ਰੁਪਏ ਦਾ ਜੀ 20 ਰੁਪਏ ਦਾ ਮਿਲਦਾ ਹੋਊਗਾ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਪਤੰਗ ਇੱਕ ਹੋਰ ਮਿਲ ਜਾਏਗਾ ਆ ਲਓ ਇਹ ਕਿੰਨੇ ਦਾ ਇਹ ਬਹੁਤ ਫਾਈਨ ਕੁਆਲਿਟੀ ਦਾ ਬਟਰ ਪੇਪਰ ਹੁੰਦਾ ਜੀ ਠੀਕ ਹੈ ਓਕੇ ਇਹ ਮਤਲਬ ਕੋਈ ਹੋਰ ਕੰਪਨੀ ਦਾ ਲੱਗਦਾ ਇਹ ਰਾਮਪੁਰ ਦਾ ਨਹੀਂ ਨਹੀਂ ਰਾਮਪੁਰ ਦਾ ਹੈ ਸੋਨੀ ਦਾ ਹੈ ਸੋਨੀ ਦਾ ਮਾਲ ਹੈ ਓਕੇ ਪਰ ਲੇਕਿਨ ਇਹ ਵੀ ਇਹਦਾ ਬਟਰ ਪੇਪਰ ਜੋ ਬਹੁਤ ਹੀ ਬੈਸਟ ਕੁਆਲਿਟੀ ਦਾ ਲੱਗਿਆ ਬਹੁਤ ਬੈਸਟ ਮਤਲਬ ਸਭ ਤੋਂ ਬੈਸਟ ਕੁਆਲਿਟੀ ਦਾ ਬਟਰ ਪੇਪਰ ਲੱਗਿਆ ਵਾ ਠੀਕ ਹੈ ਜੀ ਹਾਂਜੀ ਇਹ ਆਪਾਂ ਨੂੰ ਪਤੰਗ ਮਿਲ ਜਾਏਗਾ 20 ਰੁਪਏ ਦਾ ਇਹ ਵੀ 20 ਰੁਪਏ ਦਾ ਓਕੇ ਸਿੰਗਲ ਪੀਸ ਜੇ ਲੈਣੇ ਆ ਸਿੰਗਲ ਪੀਸ ਹਾਂਜੀ ਓਕੇ ਅਗਰ ਸੈਂਕੜਾ ਲਾਓਗੇ ਤੇ 1500 ਰੁਪਏ ਦਾ ਓਕੇ 1500 ਰੁਪਏ ਦਾ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਅੱਛੇ ਅੱਛੇ ਆਉਂਦੇ ਆ ਆ ਲਓ ਜੀ ਡਿਜ਼ਾਈਨ ਤੁਸੀਂ ਦਿਖਾਣਾ ਤੁਹਾਨੂੰ ਮੈਂ ਡਿਜ਼ਾਈਨ ਦੇਖੋ ਜੀ ਭਾਜੀ ਦਾ ਆਫਰ ਦੇ ਰਹੇ ਆ ਭਾਜੀ ਕੀ ਕਹਿੰਦੇ ਪਏ ਹੋ ਜੇ ਯੂਟਿਊਬ ਤੋਂ ਆਹੀ ਚੈਨਲ ਦੇਖ ਕੇ ਆਉਂਗੇ 20 ਰੁਪਏ ਲੈਸ ਕਰਾਂਗੇ ਜੀ 20 ਰੁਪਏ ਲੈਸ ਕਰਨਗੇ ਜੀ 100 ਪਤੰਗ ਮਗਰ ਜੀ ਓਕੇ ਆ ਡਿਜ਼ਾਈਨ ਵੀ ਬਹੁਤ ਵਧੀਆ ਲੱਗਦਾ ਪਿਆ ਜੀ ਦੇਖੋ ਤੇ ਸਟੈਂਪ ਲੱਗੀ ਹੋਈ ਆ ਕਿ ਤਾਂ ਜੋ ਤੀਲਾ ਨਰਮ ਰਵੇ ਔਰ ਹਾਰਡ ਹੋ ਕੇ ਟੁੱਟੇ ਨਾ ਓਕੇ ਬੜੀ ਮਿਹਨਤ ਹੁੰਦੀ ਆ ਜੀ ਇਸ ਪਤੰਗਾਂ ਦੇ ਉੱਤੇ ਵੀ ਤੇ ਪਤੰਗ ਤੁਸੀਂ ਦੇਖੋ ਜੀ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਆ ਰਹੇ ਆ ਜੀ ਆ ਦੇਖੋ ਜੀ ਡਿਜ਼ਾਈਨ ਕਿੱਦਾਂ ਵਧੀਆ ਜੀ ਬੜੇ ਪਿਆਰੇ ਪਿਆਰੇ ਡਿਜ਼ਾਈਨ ਰੱਖੇ ਹੋਏ ਜੀ ਇਹਨਾਂ ਨੇ ਆ ਦੇਖੋ ਬਹੁਤ ਹੀ ਵਧੀਆ ਡਿਜ਼ਾਈਨ ਆ ਜੀ
ਸੋ ਆ ਇੱਕ ਵਾਈਟ ਪਏ ਆ ਜੀ ਪਤੰਗ ਹਾਂਜੀ ਹਾਂਜੀ ਇਹ ਮਿਲੇਗਾ ਆਪਾਂ ਨੂੰ ਛੱਜ ਪੌਣੇ ਛੱਜ ਪੌਣਾ ਇਹ ਹੈ ਓਕੇ ਇਹ ਮਿਲੇਗਾ ਸਿਰਫ ਆਪਾਂ ਨੂੰ 650 ਰੁਪਏ ਸੋ ਓਕੇ ਇਹ 골ਡ ਸ਼ੇਪ ਲੱਗੀ ਹੋਈ ਹੈ ਗੋਲਡਨ ਟੇਪ ਹੀ ਲੱਗੀ ਹੋਈ ਹੈ ਠੀਕ ਆ ਸਿੰਗਲ 10 ਰੁਪਏ ਦਾ ਸਿੰਗਲ 10 ਦਾ ਤੇ 650 ਰੁਪਏ ਦੇ 100 100 ਪੀਸ ਭੂਤ ਅੱਖ ਦਿਲ ਸਾਰੇ ਡਿਜ਼ਾਈਨਾਂ 'ਚ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ ਜੀ डिजाइन ए जिन्हें मर्जी ले लियो जी हाँ। 650 रुपए के जी ये 100 पीस मिलते पे है 650 रुपए का एक पीस पिया उदा बट रिटेल 10 रुपए का एक पीस मिलेगा जी बिल्कुल बहुत ही वधिया प्राइस है जी इस तो बाद आ जाने आपा 1.5 तावा प्लेन दे विच 1.5 तावा भी बहुत इना को वैरायटी है जी देखो 1.5 तावे दी वैरायटी बहुत है कलर बड़े प्यारे ने ए प्लेन दे विच है ना 1.5 तावा हां जी प्लेन दे विच 1.5 तावा ठीक है ठीक है ਇਹ ਪਲੇਨ ਦੇ ਵਿੱਚ 25 ਰੁਪਏ ਦਾ ਪੀਸ ਪਏਗਾ ਜੀ ਆਪਾਂ ਨੂੰ ਠੀਕ ਹੈ 25 ਰੁਪਏ ਦਾ ਪੀਸ ਜੀ ਹਾਂਜੀ ਹਾਂਜੀ ਬਲੈਕ ਬਲੈਕ ਹੋ ਗਿਆ ਰੈੱਡ ਗ੍ਰੀਨ ਓਕੇ ਮਿਲ ਜਾਏਗਾ ਠੀਕ ਆ ਸਾਰੇ ਪਲੇਨ ਹੀ ਲੱਗੇ ਹੋਏ ਨੇ ਹਾਂਜੀ ਹਾਂਜੀ ਸਾਰੇ ਪਲੇਨ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੂੰ ਡਿਜ਼ਾਈਨਦਾਰ ਮਿਲ ਜਾਣਗੇ ਆ ਦੇਖੋ ਆ ਵਾਲਾ ਇਹ ਬੜੇ ਵਧੀਆ ਡਿਜ਼ਾਈਨ ਹੈ ਇਹਦਾ ਕੀ ਪ੍ਰਾਈਸ ਦੱਸਿਆ ਜੀ ਤੁਸੀਂ ਇਹ ਵੀ 25 ਰੁਪਏ ਦਾ ਮਿਲ ਜਾਏਗਾ ਜੀ ਇਹ 25 ਰੁਪਏ ਦਾ ਹਾਂਜੀ ਹਾਂਜੀ ਡੇਢ ਤਾਂ ਵੀ 25 ਰੁਪਏ ਦਾ ਮਿਲਦਾ ਪਿਆ ਡਿਜ਼ਾਈਨਰ ਪਤੰਗ ਹੈ ਸਿੰਪਲ ਨਹੀਂ ਹੈਗਾ ਇਹ ਡਿਜ਼ਾਈਨਰ ਪਤੰਗ ਹੈ ਜੀ ਤੇ ਸਿੰਪਲ ਦਾ ਤੁਸੀਂ ਕਿੰਨਾ ਦੱਸਿਆ ਜੀ ਸਿੰਪਲ ਵੀ 25 ਰੁਪਏ ਸਿੰਪਲ ਵੀ 25 ਰੁਪਏ ਦਾ ਜੀ ਦੇਖੋ ਜੀ ਬਹੁਤ ਵਧੀਆ ਡਿਜ਼ਾਈਨ ਹੈ ਜੀ ਇਹਨਾਂ ਦੇ ਬਹੁਤ ਨੰਦੇ ਆ ਦੇਖੋ ਜੀ ਕਿੰਨਾ ਵਧੀਆ ਡਿਜ਼ਾਈਨ ਹੈ ਜੀ ਕਾਫੀ ਕਲਰ ਹੋ ਗਿਆ ਕਾਫੀ ਕਲਰ ਵਾਈਟ ਰੈੱਡ ਚ ਆ ਗਿਆ ਦੇਖੋ ਰੈੱਡ ਦੇ ਵਿੱਚ ਆ ਗਿਆ ਜੀ पाकिस्तानी भी है पाकिस्तानी वैसे डेढ़ तां वही है ना ये हां ला देंगे 40 रुपए का पीस 40 ਰੁਪਏ ਦਾ ਪੀਸ ਓਕੇ ਪਰ ਪੀਸ ਜੇ ਕਿਸੇ ਨੇ 100 ਪੀਸ ਲੈਣਾ ਹੋਵੇ 100 ਪੀਸ ਲਗਾ ਲਾਂਗੇ 3200 ਰੁਪਏ ਠੀਕ ਹੈ 3200 ਰੁਪਏ ਦਾ ਮਿਲਦਾ ਪਿਆ ਜੀ ਆਹ ਦੇਖੋ ਡਿਜ਼ਾਈਨ ਕਿਹੜੇ ਕਿਹੜੇ ਹੈ ਇਹਦੇ ਚ ਹੋਰ ਵੀ ਡਿਜ਼ਾਈਨ ਨੇ ਤੁਹਾਨੂੰ ਦਿਖਾਣਾ ਆ ਜੇ ਆ ਦੇਖੋ ਆ ਦੇਖੋ ਪਾਕਿਸਤਾਨੀ ਡਿਜ਼ਾਈਨ ਹੈ ਜੀ 3200 ਰੁਪਏ ਦੇ 100 ਮਿਲਦੇ ਪਏ ਜੀ ਤੇ 40 ਰੁਪਏ ਦੇ 40 ਰੁਪਏ ਦਾ 40 ਰੁਪਏ ਦਾ ਪਰ ਪੀਸ ਓਕੇ पतंग आ जाते अपने तीन तावा दे विच आ जाते हैं चार तावा आ जाते हैं तीन तावा दे चार तावा इधर पिछे भी पतंग लगे हुए इधर चेक ही नहीं किए हैं पिछे भी पतंग लगे हुए डिजाइन किन्ने तरह ਇੱਥੇ ਵੀ ਗੋਲਡਨ ਸਾਰਾ ਵਰਕ ਹੋਇਆ ਹੋਇਆ ਹੈ ਸਾਰਾ ਗੋਲਡਨ ਨੂੰ ਲੰਮੀ ਪੂਛ ਹੋਏਗੀ ਪੂਰੀ ਸਨੇਕ ਦੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਮਤਲਬ ਕੁਝ ਹੋਊਗਾ ਐਸਟੀਮੇਟ ਕਿੰਨੇ ਕੁ ਫੁੱਟ ਹੋਊਗਾ ਇਹ ਇਹ ਕਮ ਸੇ ਕਮ 4 ਫੁੱਟ ਲੰਮਾ ਪਤੰਗ ਹੋਗਾ ਜੀ ਓਕੇ 4 ਫੁੱਟ 4 ਫੁੱਟ ਦੇ ਕਰੀਬ ਕਰੀਬ ਤੇ ਇਹ ਵੀ ਹੋਲਸੇਲ ਦੇ ਵਿੱਚ ਹੀ ਲੈਣਾ ਪੈਂਦਾ ਰਿਟੇਲ ਚ ਸਿੰਗਲ ਪੀਸ ਲਾਉਂਗੇ 25 ਰੁਪਏ ਦਾ ਜੀ ਠੀਕ ਹੈ 25 ਰੁਪਏ ਦਾ ਸਿੰਗਲ ਪੀਸ ਹਾਂਜੀ ਹੋਲਸੇਲ ਰੇਟ ਲਾ ਦਾਂਗੇ ਤੁਹਾਨੂੰ 2000 ਰੁਪਏ ਠੀਕ ਹੈ 2000 ਰੁਪਏ ਹੋਲਸੇਲ ਰੇਟ ਲਾ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਾਕੀ ਆਪਣੇ ਕੋਲ ਡੋਰ ਚ ਜਿਹੜੀ ਹੈ ਆਪਣੀ ਧਾਗੇ ਵਾਲੀ ਪਾਂਡਾ ਦੀ ਸਾਰੀ ਮਿਲ ਜਾਏਗੀ ਠੀਕ ਹੈ ਜੀ 2 ਨੜੇ 3 ਨੜੇ 12 ਤਾਰੀ ਮਿਲ ਜਾਏਗੀ 16 ਤਾਰੀ ਮਿਲ ਜਾਏਗੀ ਆ ਦੇਖੋ 12 ਤਾਰੀ 12 ਤਾਰੀ ਦੇਖੋ ਜੀ ਇਹ 3 ਨੜੇ ਨੇ ਜੀ 12 ਤਾਰੀ ਦੇ
ठीक है जी। तीन नड़े तो वड्डी भी आंदी। हां जी हां जी आ लो, ये 16 तारी है जी। ओके वड्डे पतंग डान नु 16 तारी। हां जी हां 16 तारी ठीक है। इसके बाद पांडा नंबर 5 आ जांदा। की प्राइस की है ना भाई? 12 तक जो भी होएगा, जो जेन्युइन होगा वही लगावांगे असि। ठीक है, जो जेन्युइन होगा वही लगाउणगे भाजी। एक बार जरूर विजिट करियो जी। बिल्कुल जी बिल्कुल जी ठीक है। बच्चे खुश होंगे बहुत, साडे को आके ही मंगदे बाद कार्टून वाले पतंग दिओ बच्चे। मोटू पतल 100 पीस लावांगे, सिर्फ ते सिर्फ 3 रुपए का पीस पएगा जी। 100 दे ਮਤਲਬ 3 ਰੁਪਏ ਦਾ ਇੱਕ ਪੀਸ ਪਏਗਾ। 300 ਰੁਪਏ ਦਾ 300 ਰੁਪਏ ਦਾ ਪੈ ਰਿਹਾ ਸੈਂਕੜਾ। 300 ਰੁਪਏ ਦਾ ਸੈਂਕੜਾ ਠੀਕ ਆ। ਜੇ ਸਿੰਗਲ ਪੀਸ ਲਈਏ ਆਪਾਂ, ਸਿੰਗਲ ਪੀਸ 5 ਰੁਪਏ ਦਾ, ਸਿੰਗਲ ਪੀਸ 5 ਰੁਪਏ। ਆਡਰ ਡਿਜ਼ਾਈਨ ਦੇਖੋ ਤੁਸੀਂ। ਓਕੇ ਡਿਜ਼ਾਈਨ ਇਹਨਾਂ ਦੇ ਕੋਲ ਜੀ ਹੋਣਗੇ। ਹਾਂਜੀ ਇਹਦੇ ਸਿੱਧੂ ਮੂਸੇ ਵਾਲਾ ਜੀ ਵਾਲੇ ਭਾਈ ਸਾਹਿਬ ਦਾ ਮਿਲ ਜਾਏਗਾ ਡਿਜ਼ਾਈਨ। ਠੀਕ ਹੈ ਜੀ। ਐਂਡ ਇੱਕ ਗੱਲ ਹੋਰ ਦੱਸ ਦਿਓ ਭਾਜੀ, ਕੀ ਮਤਲਬ ਹੁਣ ਤੱਕਰ ਕੋਈ ਰੇਟ ਚੇਂਜ ਹੋਊਗਾ? ਦੇਖੋ ਜੀ ਲੋੜੀ ਤੱਕਰ ਹੀ ਤਾਂ ਥੋੜੇ ਬਹੁਤੇ ਚੇਂਜ ਹੁੰਦੇ ਰਹਿੰਦੇ ਆ। ਠੀਕ ਹੈ ਜੀ। ਕਿਉਂਕਿ ਹੁਣ ਜਿੱਦਾਂ ਜਿੱਦਾਂ ਸੀਜ਼ਨ ਨੇੜੇ ਆਉਂਦਾ ਜਾਏਗਾ ਥੋੜਾ ਥੋੜਾ ਰੇਟ ਵੱਧਦਾ ਵੀ ਜਾਏਗਾ। ਠੀਕ ਹੈ ਜੀ। ਨਾਰਮਲ ਅਮੂਮਨ ਇਹਨਾਂ ਚੀਜ਼ਾਂ ਦੇ ਰੇਟ ਨਹੀਂ ਵੱਧਦੇ, ਪਰੀਆਂ ਵਗੈਰਾ ਦੇ। ਓਕੇ ਪਤੰਗ ਜਿਹੜਾ ਕਾਗਜ਼ ਵਾਲਾ ਇਹ ਥੋੜਾ ਬਹੁਤਾ ਮਹਿੰਗਾ ਹੋਣ ਦੇ ਚਾਂਸ ਹੁੰਦੇ ਨੇ। ਠੀਕ ਹੈ ਜੀ। ਵੱਡੇ ਪਤੰਗ ਹੋਊਗਾ ਜੀ ਚਾਂਸ? ਹਾਂ ਥੋੜੇ ਬਹੁਤੇ ਜ਼ਿਆਦਾ ਨਹੀਂ, ਥੋੜਾ ਬਹੁਤਾ ਚਾਂਸ ਮਹਿੰਗੇ ਹੋਣ ਦਾ ਹੋ ਜਾਂਦਾ ਵਾ ਬਾਜ਼ਾਰ ਦੇ ਹਿਸਾਬ ਦੇ ਨਾਲ। ਓਕੇ ਜੀ ਹਾਂਜੀ ਠੀਕ ਹੈ। ਐਂਡ ਇੱਕ ਵਾਰੀ ਫੇਰ ਆਪਣੀ ਸ਼ਾਪ ਦਾ ਮਤਲਬ ਦੱਸ ਦਿਓ, ਐਡਰੈਸ ਕੀ ਹੈ ਜੀ ਇੱਕ ਵਾਰੀ? ਇਹ ਸ਼ਾਪ ਦ੍ਰੇਸੀ ਰੋਡ ਹੈ ਜੀ। ਦ੍ਰੇਸੀ ਰੋਡ ਜਿਹੜਾ ਪੁਰਾਣਾ ਮਿਊਂਸੀਪਲ ਕਾਰਪੋਰੇਸ਼ਨ ਦਫ਼ਤਰ ਹੈ ਦ੍ਰੇਸੀ ਗਰਾਊਂਡ 'ਚ, ਉਹਦੇ ਸਾਹਮਣੇ ਦੁਕਾਨ ਹੈ ਕਰਤਾਰ ਚੰਦ ਰੱਛੇ ਵਾਲਾ ਦਾ ਬੋਰਡ ਲੱਗਿਆ ਹੋਇਆ ਉੱਪਰ। ਓਕੇ ਹਾਂਜੀ ਹਾਂਜੀ ਠੀਕ ਹੈ ਜੀ। ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਜੀ, ਦੇਖੋ ਇਹਨਾਂ ਕੋਲ ਡਿਜ਼ਾਈਨ ਬਹੁਤ ਤਰ੍ਹਾਂ ਦੇ ਹੈਗੇ ਆ ਜੀ, ਤੇ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਜੀ, ਆ ਦੇਖੋ ਪਾਕਿਸਤਾਨੀ ਤੁੱਕਲ ਵੀ ਹੈਗੀ ਆ ਜੀ ਇਹਨਾਂ ਦੇ ਕੋਲ। ਮੱਛੀ ਭਰੀ ਹੈ ਪਾਕਿਸਤਾਨੀ, ਮੱਛੀ ਭਰੀ ਹੈ ਜੀ। ਹਾਂਜੀ ਅੱਗੇ ਸ਼ਰਮ ਨਾ ਕੋਲ ਲੈ ਜਾਂਦੇ ਇਹਦੇ ਚ ਆਪਣੇ ਕੋਲ ਹੋਰ ਵੀ ਪਤੰਗ ਮਿਲ ਜਾਣਗੇ। ਡਿਜ਼ਾਈਨ ਦੇਖੋ ਜੀ ਕਿੰਨੇ ਤਰ੍ਹਾਂ ਦੇ। ਹਾਂ ਆ ਲਓ ਜੀ, ਆ ਦੇਖੋ ਆ ਦੇਖੋ ਚਮਕੀਲਾ ਗੁੱਡਾ ਜੀ। ਇਹ ਕਿਹਦੇ ਵਿੱਚ ਜੀ ਆਉਂਦੇ ਹੁੰਦੇ ਸੀਗੇ? ਡੱਡੂ ਟਾਈਪ ਆਉਂਦੇ ਹੁੰਦੇ ਸੀ, ਉਹ ਵੀ ਹੋਣਗੇ? ਹਾਂਜੀ ਹਾਂਜੀ ਉਹ ਮਿਲ ਜਾਣਗੇ। ਇਹ ਆਪਾਂ ਨੂੰ ਇਹਦੇ ਵਿੱਚ ਘੱਟੋ ਘੱਟ 5-6 ਰੰਗ ਮਿਲ ਜਾਣਗੇ ਆਪਾਂ ਨੂੰ। 5-6 ਰੰਗ ਪਾਉਂਦੇ ਆ। ਦੂਸਰਾ ਰੰਗ, ਆ ਦੂਸਰਾ ਗੋਲਡਨ ਰੰਗ ਦੇਖੋ ਕਿੰਨਾ ਪਿਆਰਾ ਹੈ, ਪੂਰਾ ਸ਼ਾਨਦਾਰ ਬਲੈਕ ਟੇਪ ਲੱਗੀ ਹੋਈ ਹੈ ਜੀ। ਚਲੋ ਜੀ ਰੈੱਡ ਕਲਰ, ਰੈੱਡ ਕਲਰ ਹਾਂਜੀ ਕਾਫੀ ਦੇ ਰੰਗ ਮਿਲ ਜਾਣਗੇ। ਓਕੇ ਜੀ ਠੀਕ ਹੈ। ਆਪਣੇ ਕੋਲ ਇੱਕ ਪਾਕਿਸਤਾਨੀ ਆ ਵੀ ਦੁੱਕਲ, ਆ ਕੀ ਪ੍ਰਾਈਸ ਹੋਊਗਾ ਜੀ? ਕੋਲ ਲਿਖਿਆ ਜੀ ਇਹ ਪਏਗੀ ਆਪਾਂ ਨੂੰ 80 ਰੁਪਏ ਪੀਸ। 80 ਰੁਪਏ ਪੀਸ, ਇਹ ਥੋੜਾ ਜਿਹਾ ਮਤਲਬ ਲਗਜ਼ਰੀ ਲੁੱਕ ਜੀ ਆ ਜਾਂਦੀ ਹੈ ਨਾ, ਛੇਪ ਜੀ ਲੱਗੀਆਂ ਹੋਈਆਂ ਆਪਣੇ ਕੋਲ। ਹਾਂਜੀ ਨਹੀਂ ਡਿਜ਼ਾਈਨਿੰਗ ਦਾ ਮੁੱਲ ਹੈ ਬਸ, ਕਿ ਮਿਹਨਤ ਬਹੁਤ ਹੁੰਦੀ ਹੈ ਤੇ। ਓਕੇ 80 ਰੁਪਏ ਦਾ ਇੱਕ ਪੀਸ। ਹਾਂ ਕੈਨੇਡਾ ਵਾਲੀ, ਹਾਂ ਕੈਨੇਡਾ ਦੇ ਵਿੱਚ ਹੈ। ਹਾਂ ਲਓ ਜੀ ਇੰਗਲੈਂਡ ਦੇ ਟੁੱਕਲ ਪਈ ਆ, ਇੰਗਲੈਂਡ ਦੇ ਵਿੱਚ ਵੀ ਹੈਗੀ ਇਹ। 70 ਰੁਪਏ, ਇਹ 70 ਰੁਪਏ ਦੀ। ਹਾਂਜੀ ਹਾਂਜੀ ਠੀਕ ਹੈ। ਰਿਟੇਲ 'ਚ ਵੀ ਇਹੀ ਪ੍ਰਾਈਸ ਹੈ ਜੀ? ਹਾਂ ਰਿਟੇਲ 'ਚ ਵੀ ਇਹੀ ਹੈ ਜੀ। ਰਿਟੇਲ 'ਚ ਵੀ ਸੇਮ ਹੀ ਪ੍ਰਾਈਸ ਹੈ ਜੀ। ਇੱਕ ਆ ਦੇਖੋ ਲੁਧਿਆਣੇ ਵਾਲੀ ਵੀ ਹੈਗੀ, ਇੱਕ ਵਾਰੀ ਬਾਹਰੋਂ ਵੀ ਤੁਹਾਨੂੰ ਦਿਖਾਉਣਾ ਦੇਖੋ ਗੁੱਡੇ ਗੁੱਡੇ ਆਈ ਇੱਥੇ ਬਾਈ। एक मैं चीज होर कहनी चाहूंगा थानू, अगर तुसी वीडियो नू लाइक करोगे शेयर करोगे थानू 5 रुपए सैकड़े मगर होर डिस्काउंट मिलेगा। लो जी एक जो वध तो वध होर डिस्काउंट हो सके कर सकांगे जी। ठीक है जी, डिस्काउंट भी दे रहे हैं भाई। जे इत्थे आके एसपी सैनी दा नाम लेणगे कि हां जी एसपी सैनी दे ब्लॉग देख के आए हां, कितना परसेंट डिस्काउंट दोगे जी? ਡਿਸਕਾਊਂਟ ਸੈਂਕੜੇ ਮਗਰ ਜੋ ਵੱਧ ਤੋਂ ਵੱਧ ਹੋ ਸਕੇ ਕਰ ਸਕਾਂਗੇ। ਠੀਕ ਹੈ ਜੀ, ਸੈਂਕੜੇ ਤੋਂ ਜੋ ਵੱਧ ਤੋਂ ਵੱਧ ਹੋਊਗਾ ਜੀ ਉਹ ਕਰ ਦੇਣਗੇ ਜੀ। ਠੀਕ ਹੈ ਜੀ, ਬਲਕਿ ਇੱਕ ਵਾਰੀ ਤੁਸੀਂ ਹੁਣ ਬਾਹਰੋਂ ਦੇਖ ਲਓ ਜੀ ਸ਼ੋਪ ਕਿਹੜੀ ਆ ਜੀ। ਇਹ ਆਪਣਾ ਸਾਹਮਣੇ ਸ਼੍ਰੀ ਰਾਮ ਲੀਲਾ ਮੈਦਾਨ ਹੈ, ਉਹਦੇ ਸਾਹਮਣੇ ਇਹ ਸ਼ੋਪ ਕਰਤਾਰ ਚੰਦ ਲੱਛੇ ਵਾਲੇ ਦੀ ਸ਼ੋਪ ਹੈ ਜੀ। ਆ ਦੇ ਨੰਬਰ ਲਿਖ ਲਓ, 98-150-13-729 ਹੈ ਸਾਡਾ ਨੰਬਰ, ਨੋਟ ਕਰ ਲਓ ਜੀ 98-150-13-729। ਦੂਜਾ ਨੰਬਰ ਲਿਖਾ ਦਿਓ 9-8-777-6-1-6-1-0-4-3-0-4-3 ਦੀਪਕ ਕਾਈਟ। ਠੀਕ ਹੈ ਜੀ, ਦੀਪਕ ਕਾਈਟ ਇਹ ਤੁਹਾਡੇ ਲੋਹੜੀ ਦੇ ਟਾਈਮ ਤੇ ਓਪਨ ਹੁੰਦੀ ਹੈ ਕਿ ਅਗਸਤ ਦੇ ਵਿੱਚ ਵੀ ਓਪਨ ਹੋਊਗੀ ਜਿਵੇਂ ਰਕਸ਼ਾ ਬੰਧਨ? ਲੋਹੜੀ ਤੋਂ 2 ਮਹੀਨੇ ਪਹਿਲਾਂ ਅਸੀਂ ਓਪਨ ਕਰਦੇ ਹਾਂ ਜੀ। ਠੀਕ ਹੈ ਜੀ
ਨਾਰਮਲ ਹੁਣ ਥੋੜਾ ਬਹੁਤਾ ਅਪ ਹੋ ਹੀ ਜਾਂਦਾ ਠੀਕ ਹੈ ਜੀ ਪਹਿਲੇ ਆਉਗੇ ਸਸਤਾ ਹੁੰਦਾ ਠੀਕ ਹੈ ਜਿੰਨਾ ਥੋੜਾ ਦੇਰੀ ਨਾ ਆਉਗੇ ਉਹਨਾਂ ਥੋੜਾ ਮਹਿੰਗਾ ਹੁੰਦਾ ਜਾਏਗਾ ਨਾਲੇ ਤਸੱਲੀ ਨਾਲ ਚੀਜ਼ ਨਹੀਂ ਲੈ ਹੁੰਦੀ ਜਿੰਨਾ ਤੁਸੀਂ ਲੇਟ ਹੋਗੇ ਉਹਨਾਂ ਤਸੱਲੀ ਨਾਲ ਚੀਜ਼ ਨਹੀਂ ਲੈ ਹੁੰਦੀ ਉਹ ਤਾਂ ਹੈ ਜੀ ਤੁਸੀਂ ਪਹਿਲਾਂ ਆਉਗੇ ਤਸੱਲੀ ਨਾਲ ਬੰਦਾ ਚੀਜ਼ ਦੇਖ ਕੇ ਲੈ ਜਾਂਦਾ ਆਰਾਮ ਨਾਲ ਨਾਲੇ ਕੋਈ ਵਧੀਆ ਚੀਜ਼ ਮਿਲ ਜਾਂਦੀ ਆਪਾਂ ਨੂੰ ਸਾਰੀ ਠੀਕ ਹੈ ਡਿਜ਼ਾਈਨ ਬਹੁਤ ਪਏ ਹੈ ਜੀ ਸੋ ਭਾਜੀ ਨੇ ਇੱਕ ਵਾਰੀ ਜ਼ਰੂਰ ਮਿਲੋ ਅਤੇ ਵਿਜ਼ਿਟ ਕਰੋ ਜ਼ਰੂਰ ਸ਼ੋਪ ਦੇਖੋ ਇਹ ਪਤੰਗ ਹੀ ਪਤੰਗ ਹੈ ਜਿਹੜਾ ਡਿਜ਼ਾਈਨ ਤੁਸੀਂ ਲੈਣਾ ਚਾਹੁੰਦੇ ਹੋ ਡਿਜ਼ਾਈਨ ਆ ਕੇ ਲਵੋ ਪਸੰਦ ਕਰੋ ਭਾਜੀ ਨੇ ਆਪਣਾ